ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਐਵਰੀਵਨ, ਤੁਹਾਡੇ ਸਾਹਮਣੇ ਲੈ ਗਏ ਆ ਸਪਲੈਂਡਰ। ਇਹ ਪੂਰਾ ਮੋਡੀਫਾਈਡ ਕੀਤਾ ਜੀ ਆਪਾਂ, ਸਿੰਗਲ ਐਂਡ ਡਬਲ ਸੀਟ ਦੇ ਕੰਬੀਨੇਸ਼ਨ ਦੇ ਵਿੱਚ ਬਾਈਕ ਆ। ਅਲੋਏ ਟਾਇਰ ਇਹਦੇ ਨਵੇਂ ਪਏ ਆ, ਸ਼ੋਰਟ ਮਡ ਗਾਰਡ ਯੂਜ਼ ਕੀਤਾ, ਸ਼ੋਕਰ ਦੀਆਂ ਰਬਟਾਂ, ਆ ਕਲਿੱਪਰ ਹੈਡਲਾਈਟ ਦੇ ਲਈ, ਮੀਟਰ ਹੈਂਡਲ ਟੋਟਲੀ ਅੱਗੋਂ ਦੀ ਲੁੱਕ ਤਾਂ ਸਾਰੀ ਚੇਂਜ ਹੋ ਗਈ ਹੈ ਸਟੋਕ ਦੇ ਨਾਲੋਂ, ਠੀਕ ਹੈ ਜੀ। ਇੰਜਨ ਓਰੀਜਨਲ ਆ, ਸਾਰਾ ਟੂਕੇ ਦਾ ਪੇਂਟ ਹੋਇਆ, ਬਸ ਵਾਸ਼ ਹੋਣ ਵਾਲਾ ਬਾਈਕ ਇਸ ਵੇਲੇ, ਖੜਾ ਪਿਆ ਜੀ ਕਾਫੀ ਦਿਨਾਂ ਦਾ। ਸਾਈਡ ਲੁੱਕ ਤੋਂ ਜੀ ਇੱਦਾਂ ਦਾ ਲੱਗਦਾ, ਪਿੱਛੇ ਬੁਲਟ ਦਾ ਮਡਗਾਰਡ ਯੂਜ਼ ਕੀਤਾ ਜੀ, ਟੈਂਕ ਇਹਨੂੰ ਹਾਰਲੇ ਦਾ ਆ, ਇਹ ਬੁਲਟ ਦਾ ਹੀ ਆ ਢੱਕਣ, ਅਤੇ ਬਾਕੀ ਹੈਂਡਲ ਵਗੈਰਾ ਇਹਦਾ, ਮੀਟਰ ਇਹਦਾ। ਸਾਈਡ ਪੈਨਲ ਆਪਾਂ ਸਟੋਕ ਹੀ ਰੱਖੇ ਆ ਸ਼ੋਕਰ ਪਲਸਰ ਦੇ, ਐਗਜ਼ੋਸਟ ਵੀ ਆਪਣਾ ਨੋਰਮਲ ਇਹਦਾ ਨਾਲ ਦਾ ਹੀ ਗਾ ਜਿਹੜਾ ਜਦੋਂ ਆਇਆ ਸੀ ਬਾਈਕ। ਅਤੇ ਆਹ ਜਿਹੜੀ ਸੀਟ ਹੈਗੀ ਹੈ ਆਪਾਂ ਨੂੰ ਇਹਨੂੰ ਖੋਲ੍ਹ ਕੇ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ, ਫਿਰ ਇਹਨੂੰ ਦੁਬਾਰਾ ਹੀ ਲੌਕ ਕਰ ਦੇਣਾ। ਮਹੀਨਾ ਕੁ ਹੋ ਗਿਆ ਬਾਈਕ ਤਿਆਰ ਕੀਤੇ, ਵਲੌਗ ਆਪਾਂ ਲੇਟ ਸ਼ੂਟ ਕਰ ਰਹੇ ਹਾਂ ਕਿਉਂਕਿ ਕਸਟਮਰ ਕੋਲ ਚੱਲ ਗਈ ਸੀਗੀ ਬਾਈਕ, ਇੱਕ ਛੋਟਾ ਜਿਹਾ ਮਤਲਬ ਕਿ ਡੈਮੇਜ ਆ ਗਿਆ ਸੀ ਬਾਈਕ, ਜੇ ਠੀਕ ਕਰਨ ਲਈ ਹੁਣ ਆਈ ਸੀਗੀ। ਅਤੇ ਸਾਈਡ ਲੁੱਕ ਆ ਰਹੀ ਆ ਇਹਦੀ ਬਾਈਕ ਦੀ, ਤੁਸੀਂ ਦੇਖ ਸਕਦੇ ਹੋ ਰੀਅਰ ਤੋਂ, ਮੈਂ ਤੁਹਾਨੂੰ ਦੱਸਦਾ ਰੀਅਰ ਤੋਂ ਕਿਵੇਂ ਦੀ ਲੱਗਦੀ ਬਾਈਕ। ਆਹ ਲੁੱਕ ਆ ਜੀ ਪਿੱਛੋਂ ਦੀ, ਬਾਕੀ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਬਾਈਕ, ਕੋਈ ਕਮੀ ਲੱਗੀ ਉਹ ਵੀ ਦੱਸਿਓ। ਮਹੀਨਾ ਕੁ ਪਹਿਲਾਂ ਬਾਈਕ ਇਹ ਕਸਟਮਰ ਕੋਲ ਚੱਲ ਗਈ ਸੀਗੀ ਅਤੇ ਆਪਣੇ ਕੋਲ ਦੁਬਾਰਾ ਵਾਪਸ ਆਈ ਕਿਉਂਕਿ ਛੋਟਾ ਜਿਹਾ ਡੈਮੇਜ ਆਇਆ ਸੀ ਇੱਥੇ, ਇੱਕ ਕਿਤੇ ਐਕਸੀਡੈਂਟ ਹੋ ਗਈ ਸੀ ਬਾਈਕ, ਅਤੇ ਉਸ ਹਿਸਾਬ ਆਪਾਂ ਟੀ ਟੂਏ ਦੀ ਦੁਬਾਰਾ ਸਿੱਧੀ ਕੀਤੀ ਹੈ। ਚੌਕ ਲਾ ਕੇ ਹੋਣਾ ਹੋ ਗਿਆ ਜਾਂ ਗੇੜੀ ਲਾ ਗਿਆ ਇੱਕ। ਹੁਣ ਸਾਡੇ ਹੈਲਪਰ ਭਾਜੀ ਤੁਹਾਨੂੰ ਦੱਸਣਗੇ ਗੇੜੀ ਗੁੜੀ ਲਾ ਕੇ ਅਤੇ ਕਿੱਦਾਂ ਵਧੀਆ ਲੱਗਦਾ, ਜਾਂ ਫਿਰ ਛੋਟੀ ਗੇੜੀ ਕੱਢ ਆ ਇੱਕ। ਬਾਹਰ ਲਾ ਦੇਣਾ, ਇੱਧਰੋਂ ਲੱਗ ਗਏ ਘੁੰਮਾ ਲਈ, ਇੰਡੀਕੇਟਰ ਦੱਸਿਓ ਮਾੜੇ ਇਹਦੇ ਚਲਾ ਕੇ, ਸ਼ਾਬਾਸ਼। ਅੱਛਾ ਹੁਣ ਸੀਟ ਇੱਕ ਵਾਰੀ ਬਾਈ ਹੋਣਾ, ਸਾਰਿਆਂ ਨੂੰ ਦੱਸ ਦੇ ਕਿੱਦਾਂ ਇਹਦੀ ਸੀਟ ਕਿੱਦਾਂ ਖੋਲ੍ਹਣੀ ਹੈ, ਡਬਲ ਕਿੱਦਾਂ ਕਰਨਾ, ਸਿੰਗਲ ਕਿੱਦਾਂ ਕਰਨਾ। ਹਾਂ ਠੀਕ ਹੈ ਠੀਕ ਹੈ, ਲੌਕ ਲਾ ਦੇ, ਬਹੁਤ ਵਧੀਆ ਠੀਕ ਹੈ, ਓਕੇ ਆ, ਕੋਈ ਕਮੀ ਪੇਸ਼ੀ ਤਾਂ ਨਹੀਂ ਭਾਜੀ। ਅੱਜ ਦੁਬਾਰਾ ਚੱਲ ਜਾਣੀ ਹੈਗੀ ਆ, ਬਾਕੀ ਲਾਈਕ ਕਮੈਂਟ ਜ਼ਰੂਰ ਕਰਿਓ। ਇਹ ਤਾਂ ਫੁੱਲ ਆਪਾਂ ਫੁੱਲ ਇੰਜਨ ਵੀ ਕੀਤਾ ਸੀ, ਇਹਦਾ ਖਰਚਾ ਤਾਂ 45,000 ਚੜ੍ਹ ਗਿਆ, ਵੈਸੇ ਇੰਨਾ ਆਉਂਦਾ ਨਹੀਂ ਕਿਉਂਕਿ ਇਹਦਾ ਇਹਦੀ ਕੰਡੀਸ਼ਨ ਇੰਨੀ ਕੁ ਹੱਦੋਂ ਜ਼ਿਆਦਾ ਖਰਾਬ ਸੀ ਨਾ, ਕਵਾੜ ਦੇ ਬਰਾਬਰ ਕਹਿ ਸਕਦੇ ਕੋਈ ਮੁੱਲੇ ਦਾ ਪਾਏਗਾ, 2,500-3,000 ਇਸ ਕੰਡੀਸ਼ਨ 'ਚ ਆਇਆ ਸੀ ਆਪਣੇ ਤੋਂ, ਟੋਟਲੀ ਖਤਮ ਸੀਗਾ ਬਾਈਕ। ਇੱਥੇ ਪੈਸੇ ਜ਼ਿਆਦਾ ਲੱਗੇ ਸੀ, ਅਤੇ ਜੇ ਤਾਂ ਆਪਾਂ ਨੋਰਮਲ ਬਾਈਕ ਤਿਆਰ ਕਰਾਉਣੀ ਹੋਵੇ ਤਾਂ ਇਹੋ ਜਿਹੀ ਲੁੱਕ ਬਣਾਉਣ ਦੇ ਵਿੱਚ ਤੁਸੀਂ ਲਾ ਲਓ ਆਪਣਾ ਕਿਤੇ 35,000-40,000 ਰੁਪਏ ਲੱਗ ਸਕਦਾ, 40,000 ਤਾਂ ਚਲੋ ਲੱਗ ਹੀ ਜਾਣਾ ਬੜੇ ਆਰਾਮ ਨਾਲ ਠੀਕ ਹੈ ਜੀ। ਸਭ ਕੁਝ ਤਾਂ ਨਵਾਂ ਬਾਤ ਆ,
ਬਾਕੀ ਹੁਣ ਜਿਵੇਂ ਮੋਡੀਫਿਕੇਸ਼ਨ ਤੋਂ ਬਾਅਦ ਇਹਦੇ ਨਾ ਮਤਲਬ ਕਿ ਕਹਿ ਸਕਦੇ ਆਪਾਂ ਥੋੜ੍ਹੀ ਮੇਨਟੇਨੈਂਸ ਥੋੜ੍ਹੀ ਵੱਧ ਜਾਂਦੀ ਆ, ਕਿਉਂਕਿ ਤੁਹਾਨੂੰ ਪਤਾ ਟੋਟਲੀ ਬਾਈਕ ਹੈਂਡਮੇਡ ਬਣਨੀ ਹੈ ਅਤੇ ਮਿੰਟ ਮਿੰਟ ਬਾਅਦ ਇਹਦੇ ਮਤਲਬ ਨਟ ਬੋਲਟ ਵਗੈਰਾ ਤਾਂ ਸਭ ਹੱਥ ਮਰਾਉਣਾ ਪੈਂਦਾ ਮਕੈਨਿਕ ਕੋਲੋਂ। ਬਾਕੀ ਕੋਈ ਕਮੀ ਪੇਸ਼ੀ ਹੈ ਨਹੀਂ ਇਸ ਵੇਲੇ, ਬਿਲਕੁਲ ਓਕੇ ਟਿਚ ਆ। ਵਧੀਆ ਲੱਗੀ ਫਿਰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ, ਅਤੇ ਮੁੜ ਕੇ ਹੁਣ ਤੁਹਾਨੂੰ ਨਵੀਂ ਵੀਡੀਓ ਕੋਈ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਥੈਂਕ ਯੂ ਸੋ ਮੱਚ।